ਹਾਂ ਜੀ, ਕੀ ਨਾਮ ਜੀ ਆਪਣਾ? ਮੇਰਾ ਨਾਮ ਸਤਵੰਤ ਸਿੰਘ ਦੁਲਟ। ਕਿਹੜੇ ਪਿੰਡ ਤੋਂ ਆਏ? ਪਿੰਡ ਸ਼ਹੀਦ ਉਦੇ ਭਾਨ ਸਿੰਘ ਨਗਰ ਲੌਂਗੋਵਾਲ ਤੋਂ ਸਰਪੰਚ। ਕੀ ਕਹਿਣਾ? ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਪਰਾਲੀ ਦਾ ਮੁੱਦਾ, ਪਰਾਲੀ ਦੇ ਮੁੱਦੇ ਦੇ ਉੱਤੇ ਬੜਾ ਖੋਜ ਕੀਤੀ ਹੈ, ਸਾਨੂੰ ਹੋ ਗਏ ਲੱਗਿਆ ਨੂੰ 4-5 ਸਾਲ ਹੋ ਗਏ ਆ, ਪਰ ਅੱਜ ਤੱਕ ਇਹਦਾ ਕੋਈ ਹੱਲ ਨਹੀਂ ਲੱਭਿਆ। ਹੱਲ ਕਿਉਂ ਨਹੀਂ ਲੱਭਿਆ? ਇੱਕ ਤਾਂ ਜਿਹੜੇ ਸੰਦ ਨੇ ਉਹ ਬੜੇ ਮਹਿੰਗੇ ਨੇ, ਉਹ ਜ਼ਿਮੀਂਦਾਰਾਂ ਦੀ ਪਹੁੰਚ ਤੋਂ ਬਾਹਰ ਨੇ, ਔਰ ਸਰਕਾਰਾਂ ਸੁੱਤੀਆਂ ਪਈਆਂ ਨੇ। ਸਰਕਾਰਾਂ ਨੂੰ ਇਹ ਚਾਹੀਦਾ ਕਿ ਸਭ ਤੋਂ ਪਹਿਲਾਂ ਤਾਂ ਜਿੰਨਾ ਮੁਲਾਜ਼ਮ ਹੈ, ਭਾਵਾਂ ਉਹ ਪੰਜਾਬ ਗੌਰਮੈਂਟ ਦਾ, ਭਾਵਾਂ ਉਹ ਕਿਸੇ ਯੂਨੀਵਰਸਿਟੀ ਦਾ, ਭਾਵਾਂ ਕਿਸੇ ਹੋਰ ਹੈਲਥ ਦਾ ਜਾਂ ਕਿਸੇ ਵੀ ਡਿਪਾਰਟਮੈਂਟ ਦਾ, ਜਿੰਨੀ ਉਹਨਾਂ ਦੀ ਜ਼ਮੀਨ ਜਾਇਦਾਦ ਠੇਕੇ 'ਤੇ ਦਿੰਦੇ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ 'ਤੇ ਸ਼ਿਕੰਜਾ ਕਸਣ, ਵੀ ਉਹ ਚਾਹੇ ਠੇਕਾ ਘੱਟ ਲੈਣ, ਉਹ ਜਿਹਨੂੰ ਜ਼ਮੀਨ ਠੇਕੇ ਦੇਣ ਉਹਨੂੰ ਕਹਿਣ ਵੀ ਮੇਰੇ ਵਾਹਣ ਦੇ ਵਿੱਚ ਅੱਗ ਨਾ ਲਾਓ, ਜੇ ਅੱਗ ਰੋਕਣ ਦਾ ਜ਼ਰੀਆ ਬਣਾਉਣਾ। ਔਰ ਜਿਹੜੇ ਸੰਦ ਨੇ, ਸੰਦਾਂ ਦੇ ਉੱਤੇ ਸਿੱਧੀ ਸਬਸਿਡੀ ਸੰਦਾਂ ਵਾਲਿਆਂ ਨੂੰ ਦੇ ਕੇ ਉਹਨਾਂ ਤੋਂ ਟੈਕਸ ਮੁਕਤ ਕਰੇ, ਔਰ ਉਹਨਾਂ ਨੂੰ ਸੰਦਾਂ ਨੂੰ ਇੰਨੇ ਸਸਤੇ ਕਰ ਦੇ ਕਿ ਹਰ ਇੱਕ ਜ਼ਿਮੀਂਦਾਰ ਦੀ ਪਹੁੰਚ ਉਹ ਸੰਦ ਲੈਣ ਤੱਕ ਹੋ ਜਾਵੇ, ਜਾਂ 2 ਜ਼ਿਮੀਂਦਾਰ ਜਾਂ 3 ਜ਼ਿਮੀਂਦਾਰ ਰਲ ਕੇ ਸੰਦ ਲੈਂਦੇ ਹੋ ਜਾਣ। ਇਹਦੀ ਸਾਂਭ ਸੰਭਾਲ ਵੀ ਫੇਰ ਹੀ ਹੋ ਸਕਦੀ ਹੈ ਜੇ ਆਪਾਂ ਉਪਰਾਲਾ ਨਾਲ ਜ਼ਿਮੀਂਦਾਰ ਵੀ ਕਰਾਂਗੇ। ਸਾਡੇ ਜ਼ਿਮੀਂਦਾਰ ਭਰਾ ਨੇ ਜਿਹੜੇ, ਉਹ ਵੀ ਕਿਤੇ ਕਿਤੇ ਗਲਤੀ ਕਰ ਜਾਂਦੇ ਨੇ, ਜਿਵੇਂ ਕਣਕ ਦਾ ਨਾੜ ਹੈ, ਕਣਕ ਦੇ ਨਾੜ ਨੂੰ ਕੋਈ ਵੀ ਤੁੱਕ ਨਹੀਂ ਬਣਦੀ ਅੱਗ ਲਾਉਣ ਦੀ, ਕਿਉਂਕਿ ਆਪਣੇ ਕੋਲ 1.5-2 ਮਹੀਨੇ ਹੁੰਦੇ ਨੇ ਸਮਾਂ ਆਪਾਂ ਨੂੰ ਉਹਨਾਂ ਨੂੰ ਗਾਲਣ ਵਾਸਤੇ, ਔਰ ਉਹਨੂੰ ਖੇਤ ਦੇ ਵਿੱਚ ਮਿਲਾਉਣ ਵਾਸਤੇ, ਖਾਦ ਬਣਾਉਣ ਵਾਸਤੇ। ਆਪਾਂ ਜਾਣ ਬੁੱਝ ਕੇ ਉਹਨੂੰ ਕਹਿ ਦੇਣਾ ਫਟਾਫਟ ਵਾਹਣ ਸਾਫ਼ ਕਰ ਦਈਏ ਕਿ ਅੱਗ ਲਾ ਦਈਏ, ਪਰ ਜਿਹੜਾ ਜੀਰੀ ਦੇ ਪ੍ਰੋਬਲਮ ਹੈ, ਜੀਰੀ ਦੀ ਪ੍ਰੋਬਲਮ ਹੈ, ਇੱਥੇ ਆ ਕੇ ਅੜ ਜਾਂਦੀ ਹੈ, ਕਿਉਂਕਿ ਜਿਹੜੇ ਚੋਪਰ ਹੈ, ਚੋਪਰ ਵੀ ਬੜਾ ਮਹਿੰਗਾ, 2-2.5 ਲੱਖ ਰੁਪਈਆ ਦਾ ਚੋਪਰ ਹੈ, ਉਹ ਨਹੀਂ ਕਿਸੇ ਜ਼ਿਮੀਂਦਾਰ ਦੀ ਪਹੁੰਚ ਤੋਂ ਹਰੇਕ ਦੀ ਤੋਂ ਬਾਹਰ ਹੈ। ਔਰ ਜਿਹੜੀ ਸਰਕਾਰ ਹੈ, ਸਾਡੀ ਸਰਕਾਰ ਦਾ ਬਿਲਕੁਲ ਇਸ ਪਾਸੇ ਵੱਲ ਧਿਆਨ ਨਹੀਂ ਹੈ, ਸਿਰਫ ਤੇ ਸਿਰਫ ਸਰਕਾਰ ਦਾ ਧਿਆਨ ਇੱਥੇ ਤੱਕ ਹੀ ਹੈ ਕਿ ਜ਼ਿਮੀਂਦਾਰਾਂ ਦਾ ਗਲ ਘੁੱਟ ਦਿਓ, ਔਰ ਉਹ ਜ਼ਿਮੀਂਦਾਰਾਂ ਵੱਲ ਦੇਖ ਨਹੀਂ ਰਹੀ ਕਿ ਜ਼ਿਮੀਂਦਾਰਾਂ ਦੀ ਸਥਿਤੀ ਕੀ ਹੈ, ਪੁਜੀਸ਼ਨ ਕੀ ਹੈ, ਜ਼ਿਮੀਂਦਾਰ ਕਿੱਥੇ ਖੜ੍ਹਾ ਹੈ, ਔਰ ਜ਼ਿਮੀਂਦਾਰ ਕੀ ਕਰ ਰਿਹਾ। ਜ਼ਿਮੀਂਦਾਰ ਦੀ ਸੋਚ ਹੈਗੀ ਹੈ ਵੀ ਮੈਂ ਅੱਗ ਲਾਉਣ ਤੋਂ ਵਰਜਾਂ, ਮੈਂ ਆਪਣੇ ਆਪ ਨੂੰ ਰੋਕਾਂ ਅੱਗ ਲਾਉਣ ਤੋਂ, ਪਰ ਜ਼ਿਮੀਂਦਾਰ ਦੀ ਬਾਹ ਨਹੀਂ ਚੱਲ ਰਹੀ ਹੈ ਇਸ ਟਾਈਮ, ਔਰ ਸੰਦ ਇੰਨੇ ਮਹਿੰਗੇ ਨੇ, ਸਰਕਾਰ ਉਹਨੂੰ ਟੈਕਸ ਮੁਕਤ ਕਰੇ, ਸਾਰੇ ਟੈਕਸ ਚੱਕੇ ਉਹ ਤੋਂ ਸਸਤੇ ਹੋਣ, ਔਰ ਜਿਹੜੀ ਸਬਸਿਡੀ ਆ ਉਹ ਸਿੱਧੀ ਉਹਨਾਂ ਨੂੰ, ਜਿਹੜੇ ਬਣਾਉਣ ਵਾਲੇ ਸੰਦ ਫਰਮਾਂ ਨੇ ਉਹਨਾਂ ਨੂੰ ਭੇਜੇ, ਔਰ ਉਹਨਾਂ ਨੂੰ ਹਦਾਇਤਾਂ ਕਰੇ ਵੀ ਤੁਸੀਂ ਜ਼ਿਮੀਂਦਾਰ ਤੋਂ ਆਹੀ 20 ਜਾਂ 30 ਜਾਂ 50 ਹਜ਼ਾਰ ਰੁਪਇਆ ਭਰਾਉਣਾ, ਤੁਸੀਂ ਜ਼ਿਮੀਂਦਾਰ ਨੂੰ ਸੰਦ ਦੇਣਾ, ਔਰ ਤਦ ਹੀ ਇਹ ਹੱਲ ਹੋ ਸਕਦਾ ਨਹੀਂ, ਇਹਦਾ ਕੋਈ ਅਦਰਵਾਈਜ਼ ਹੱਲ ਨਹੀਂ ਹੈ। ਔਰ ਜੇ ਸਰਕਾਰ ਜ਼ਿਮੀਂਦਾਰਾਂ ਨਾਲ ਮਿਲ ਕੇ ਕੰਮ ਕਰਕੇ ਕਰਨਾ ਚਾਹੂਗੀ ਤਾਂ ਹੀ ਕੋਈ ਮਸਲਾ ਹੱਲ ਹੋਊਗਾ, ਔਰ ਮੈਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਦਾ, ਔਰ ਜਿੰਨੀਆਂ ਫਿਰ ਡੇਰੇ ਨੇ ਉਹਨਾਂ ਦੀਆਂ ਜਾਇਦਾਦਾਂ ਨੇ, ਸ਼੍ਰੋਮਣੀ ਕਮੇਟੀ ਕੋਲ ਬੜੀ ਜਾਇਦਾਦ ਹੈ, ਪਹਿਲਾਂ ਉਹਨਾਂ ਨੂੰ ਕੰਟਰੋਲ ਕਰੇ ਕਿ ਉਹ ਆਪਦੇ ਵਾਹਣ ਚੱਕ ਨਾ ਪਾਉਣ ਦੇਣ। ਇਸ ਕਰਕੇ ਉਪਰਾਲਾ ਕਰਕੇ ਇਹ ਜੋ ਅੱਗ ਦਾ ਰੁਝਾਨ ਹੈ ਇਹ ਰੁਕ ਸਕਦਾ, ਔਰ ਤਾਂ ਹੀ ਸਾਡਾ ਪੰਜਾਬ ਥੋੜ੍ਹਾ ਜਿਹਾ ਖੁਸ਼ਹਾਲ ਹੋ ਸਕਦਾ ਜੇ ਅੱਗ ਦਾ ਰੁਝਾਨ ਰੋਕਿਆ ਜਾ ਸਕੇ। ਲੁਧਿਆਣਾ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਔਰ ਮੈਂ ਇਹ ਮੈਸੇਜ ਦੇਣਾ ਚਾਹਾਂਗਾ ਲੋਕਾਂ ਨੂੰ ਕਿ ਲੋਕ ਆਪ ਵੀ ਸਰਕਾਰ ਦੇ ਨਾਲ ਜੁੜਨ, ਹੰਭਲਾ ਮਾਰਨ, ਔਰ ਸਰਕਾਰ ਨੂੰ ਕੰਪੈਲ ਕਰਨ ਕਿ ਉਹ ਇੰਨਾ ਮਤਲਬ ਕਿ ਜ਼ਿਮੀਂਦਾਰ ਨੂੰ ਖੁਸ਼ਹਾਲ ਕਰਦੇ ਕਿ ਜ਼ਿਮੀਂਦਾਰ ਦੀ ਪਹੁੰਚ ਬਣ ਜਾਏ ਹਰੇਕ ਸੰਦ ਲੈਣ ਦੀ। ਸਰਕਾਰ ਨੂੰ ਜਿਵੇਂ ਕੋਆਪਰੇਟ ਸੁਸਾਇਟੀਆਂ ਨੇ, ਕੋਆਪਰੇਟ ਸੁਸਾਇਟੀਆਂ ਦੇ ਵਿੱਚ 5-5 ਚੋਪਰ, 5-5 ਹੈਪੀ ਸੀਡਰ, 5-5 ਰੋਟਾਵੇਟਰ, ਔਰ 2-2, 3-3 ਟਰੈਕਟਰ ਭੇਜਣੇ ਚਾਹੀਦੇ ਗੌਰਮੈਂਟ ਨੂੰ, ਤਾਂ ਕਿ ਜਿਹੜਾ ਛੋਟਾ ਜ਼ਿਮੀਂਦਾਰ ਹੈ, ਕੋਈ 2 ਕਿੱਲਿਆਂ ਵਾਲਾ, ਕੋਈ 3 ਕਿੱਲਿਆਂ ਵਾਲਾ, ਨਹੀਂ ਲੈ ਸਕਦਾ ਉਹ ਸੰਦ, ਉਹਦੀ ਪਹੁੰਚ ਤੋਂ ਸਾਰੇ ਸੰਦ ਬਾਹਰ ਨੇ, ਕਿਉਂਕਿ ਇਹ ਜਿਹੜੇ ਸੰਦ ਨੇ ਵੱਡੇ ਟਰੈਕਟਰ ਨਾਲ ਚੱਲਦੇ ਨੇ, ਵੱਡਾ ਟਰੈਕਟਰ ਛੋਟਾ ਜ਼ਿਮੀਂਦਾਰ ਨਹੀਂ ਲੈ ਸਕਦਾ। ਇਸ ਕਰਕੇ ਉਹਨਾਂ ਨੂੰ, ਸਰਕਾਰ ਨੂੰ ਚਾਹੀਦਾ ਕਿ ਹਰ ਇੱਕ ਸੁਸਾਇਟੀ ਦੇ ਵਿੱਚ, ਕੋਆਪਰੇਟ ਸੁਸਾਇਟੀ ਦੇ ਵਿੱਚ ਇਹ ਵੱਧ ਤੋਂ ਵੱਧ ਸੰਦ ਭੇਜੇ, ਤਾਂ ਕਿ ਛੋਟੇ ਜ਼ਿਮੀਂਦਾਰ ਉਹਨਾਂ ਨਾਲ ਆਪਣਾ ਕਾਰੋਬਾਰ ਚਲਾ ਸਕਣ, ਉਹਨਾਂ ਦਾ ਤਾਂ ਅੱਗ ਰੋਕੀ ਜਾ ਸਕਦੀ ਹੈ। ਔਰ ਮੈਂ ਇੰਨਾ ਕਹਿੰਦਾ ਹੋਇਆ ਸਾਰੀ ਸੰਗਤ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ।